ਸਤਿ ਸ਼੍ਰੀ ਅਕਾਲ ਦੋਸਤੋ, ਕੰਗ ਗੋਟ ਫਾਰਮ ਤੇ ਆਪਾਂ ਖੜੇ ਆ। ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਏਰੀਏ ਦੇ ਵਿੱਚੋਂ ਜਿਹੜੇ ਕਿਸਾਨ ਬੱਕਰੀ ਪਾਲਕ ਵੀਰ ਆ ਉਹ ਟ੍ਰੇਨਿੰਗ ਲੈਣ ਦੇ ਲਈ ਪਹੁੰਚੇ ਆ। ਕੁਝ ਕਮਰਸ਼ੀਅਲ ਆ, ਕੁਝ ਨੌਨ ਕਮਰਸ਼ੀਅਲ ਬੰਦੇ ਵੀ ਆ ਜਿਹੜੇ ਪਹਿਲਾਂ ਇਸ ਕਿੱਤੇ ਨੂੰ ਕਰ ਰਹੇ ਆ ਜਾਂ ਨਵਾਂ ਸ਼ੁਰੂ ਕਰਨਾ ਚਾਹੁੰਦੇ ਆ। ਮੇਰੇ ਨਾਲ ਇੱਕ ਨੌਜਵਾਨ ਵੀਰ ਆ, ਬੱਕਰੀ ਪਾਲਣ ਕਰ ਰਿਹਾ ਜਾਂ ਨਵਾਂ ਸ਼ੁਰੂ ਕਰ ਰਿਹਾ, ਸਾਰੀ ਗੱਲਬਾਤ ਕਰਾਂਗੇ। ਟ੍ਰੇਨਿੰਗ ਬਾਰੇ ਗੱਲਬਾਤ ਕਰਾਂਗੇ ਜਾਂ ਬੱਕਰੀ ਪਾਲਣ ਨੂੰ ਦੇਖ ਰੇਖ ਜਾਂ ਸਾਂਭ ਸੰਭਾਲ ਜੇ ਪਹਿਲਾਂ ਕਰਦੇ ਆ ਤਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਬਈ ਕਿਹੜਾ ਏਰੀਆ ਆਪਣਾ? ਆਪਣਾ ਬਰਨਾਲਾ ਏਰੀਆ ਜੀ, ਸੰਘੇੜਾ ਪਿੰਡ ਆ। ਸੰਘੇੜਾ, ਹਾਂਜੀ, ਠੀਕ ਆ। ਪਹਿਲਾਂ ਆਪਣੇ ਕੋਲੇ ਬੱਕਰੀਆਂ ਹੈਗੀਆਂ ਜਾਂ ਨਵੀਆਂ ਰੱਖ ਰਹੇ? ਨਹੀਂ, ਹੈਗੀਆਂ ਵੀਰੇ ਆਪਣੇ ਕੋਲੇ। ਠੀਕ ਹੈ, ਹਾਂਜੀ। ਕਿੰਨਾ ਕੁ ਟਾਈਮ ਹੋ ਗਿਆ ਇਸ ਚੀਜ਼ ਨੂੰ? ਆਪਣਾ ਵੀਰੇ ਤੀਜੀ ਪੀੜ੍ਹੀ ਹੋ ਗਈ। ਤੀਜੀ ਪੀੜ੍ਹੀ ਆ, ਹਾਂਜੀ। ਤੁਹਾਨੂੰ ਤੀਜੀ ਪੀੜ੍ਹੀ ਆ ਗਈ ਜਿਵੇਂ, ਪਰ ਕਹਿੰਦੇ ਹੁੰਦੇ ਨਾ ਪਿਤਾ ਪਰ ਪੂਤ ਨਸਲ ਪਰ ਘੋੜਾ, ਬਹੁਤ ਨਹੀਂ ਤਾਂ ਥੋੜਾ ਥੋੜਾ। ਸਹੀ ਹੈ ਜੀ। ਤੁਹਾਨੂੰ ਚੰਗੀ ਜਾਣਕਾਰੀ ਹੋ ਗਈ ਇਸ ਚੀਜ਼ ਬਾਰੇ, ਹਾਂਜੀ ਹਾਂਜੀ। ਫਿਰ ਵੀ ਤੁਸੀਂ ਟ੍ਰੇਨਿੰਗ ਵਾਲੇ ਪਾਸੇ ਕਿਉਂ ਆਏ? ਵੀਰ ਜੀ ਦੇਖੋ, ਟ੍ਰੇਨਿੰਗ ਦਾ ਮੇਨ ਮਕਸਦ ਇਹ ਹੁੰਦਾ ਵੀ ਆਪਣੇ ਨਾਲ ਜਿਹੜੇ ਹੋਰ ਵਿਅਕਤੀ ਜੁੜੇ ਨੇ ਆਪਾਂ ਉਹਨਾਂ ਨੂੰ ਜਾਣਕਾਰੀ ਹੋਰ ਦਈਏ ਜੀ। ਕਿਉਂਕਿ ਮੈਂ ਦੇਖੋ ਕੋਈ ਜ਼ਿਆਦਾ ਆਪਣੇ ਆਪ ਨੂੰ ਇਹ ਨਹੀਂ ਕਹਿੰਦਾ ਮੈਂ ਜ਼ਿਆਦਾ ਟ੍ਰੇਨਡ ਆ। ਕਈ ਵਾਰੀ ਇੱਥੇ ਆਪਾਂ ਜਾਣਕਾਰੀ ਲੈਣ ਆਏ ਆ, ਟ੍ਰੇਨ ਕਰਨ ਆਏ ਆ, ਠੀਕ ਹੈ ਨਾ ਜੀ। ਇੱਥੇ ਬਾਈਆਂ ਦੀ ਟ੍ਰੇਨਿੰਗ ਦੇ ਵਿੱਚ ਕਈ ਗੱਲਾਂ ਮੈਨੂੰ ਨਵੀਆਂ ਸਿੱਖਣ ਨੂੰ ਮਿਲੀਆਂ, ਠੀਕ ਹੈ ਜੀ। ਤੇ ਵਿੱਚ ਗੱਲਾਂ ਜਿਹੜੀਆਂ ਆਪਾਂ ਨੂੰ ਪਹਿਲਾਂ ਪਤਾ ਸੀ ਆਪਾਂ ਉਹ ਵੀ ਚਲੋ ਦੁਬਾਰਾ ਧਿਆਨ ਚ ਕਰੀਆਂ, ਜਿਹੜੀਆਂ ਗੱਲਾਂ ਆਪਾਂ ਨੂੰ ਨਹੀਂ ਪਤਾ ਸੀ ਉਹ ਆਪਾਂ ਦੁਬਾਰਾ ਨੋਟ ਕਰੀਆਂ ਜੀ। ਫਿਰ ਵੀ ਚਲੋ ਆਪਾਂ ਨੂੰ ਟ੍ਰੇਨਿੰਗ ਬਹੁਤ ਵਧੀਆ ਲੱਗੀ ਵੀਰੇ। ਵਧੀਆ ਲੱਗੀ, ਹਾਂਜੀ। ਮੰਨ ਕੇ ਚਲੋ ਤੁਸੀਂ ਹੁਣ ਜ਼ਿਆਦਾ ਬੀਟਲ ਤੇ ਕੀ ਵਰਕ ਕਰ ਰਹੇ ਹੋ? ਪਿਓਰ ਬੀਟਲ ਤੇ, ਹਾਂਜੀ। ਕਿੰਨੀਆਂ ਇੱਕ ਜਾਨਵਰ ਆਪਣੇ ਕੋਲੇ ਘਰੇ? ਆਪਣੇ ਕੋਲ ਵੀਰੇ 25 ਤੋਂ 30 ਜਾਨਵਰ ਹੈਗੇ ਆ ਘਰੇ, ਹਾਂਜੀ। ਠੀਕ ਆ। ਤੁਸੀਂ ਇਸ ਚੀਜ਼ ਨੂੰ ਨੇੜੇ ਤੋਂ ਦੇਖਿਆ, ਜ਼ਿਆਦਾਤਰ ਬੱਕਰੀ ਪਾਲਣ ਦੇ ਵਿੱਚ ਜਿਹੜੀਆਂ ਬਿਮਾਰੀਆਂ ਜਾਂ ਆਉਂਦੀਆਂ, ਹਾਂਜੀ ਹਾਂਜੀ, ਜਾਂ ਬੱਕਰੀ ਨਵੇਂ ਬੱਕਰੀ ਪਾਲਕ ਵੀਰ ਆ ਜਿਹੜੇ, ਹਾਂਜੀ, ਉਹਨਾਂ ਨੂੰ ਵੀ ਟ੍ਰੇਨਿੰਗ ਤੋਂ ਸ਼ੁਰੂ ਕਰਨਾ ਚਾਹੀਦਾ ਜਾਂ ਵੈਸੇ ਵੀ ਰੱਖ ਸਕਦੇ ਆ? ਨਹੀਂ ਨਹੀਂ ਵੀਰੇ ਦੇਖੋ, ਕਈ ਵਾਰੀ ਬੰਦਾ ਨਹੀਂ ਕਹਿੰਦਾ ਵੀ ਆਪਾਂ ਟ੍ਰੇਨਿੰਗ ਨਹੀਂ ਲੈਣੀ, ਤਾਂ ਇੱਕ ਅੱਧੇ ਜਾਨਵਰ ਤੋਂ ਰੱਖ ਕੇ ਦੇਖ ਲਓ। ਠੀਕ ਹੈ, ਕੋਈ ਜ਼ਿਆਦਾ ਜ਼ਰੂਰੀ ਨਹੀਂ ਵੀ ਆਪਾਂ 10 ਜਾਂ 20 ਬੱਕਰੀਆਂ ਰੱਖਣੀਆਂ ਨੇ। ਠੀਕ ਹੈ, ਠੀਕ ਹੈ ਜੀ। ਪਰ ਦਰਅਸਲ ਕੰਮ ਜੇ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ, ਟ੍ਰੇਨਿੰਗ ਲੈਣੀ ਜ਼ਰੂਰੀ ਆ। ਠੀਕ ਹੈ, ਹਾਂਜੀ, ਠੀਕ ਹੈ। ਕਿਉਂਕਿ ਕੱਲ ਨੂੰ ਬੰਦੇ ਨੂੰ ਘਾਟਾ ਪੈਂਦਾ, ਬੰਦਾ ਫਿਰ ਮਤਲਬ ਸਾਰੀ ਉਮਰ ਖਾਤਰ ਉੱਠਿਆ ਨਹੀਂ ਜਾਂਦਾ ਬੰਦੇ ਤੋਂ ਦੁਬਾਰਾ, ਉੱਠਿਆ ਨਹੀਂ ਜਾਂਦਾ, ਕਿਉਂਕਿ ਅੱਜ ਕੱਲ ਦਾ ਮਹਿੰਗਾਈ ਦਾ ਯੁੱਗ ਆ ਜੀ, ਪੈਸਾ ਛੇਤੀ ਜੁੜਦਾ ਨਹੀਂ, ਆ ਚੱਕਰ ਹੈ। ਠੀਕ ਹੈ, ਹਾਂਜੀ। ਤੁਸੀਂ ਟ੍ਰੇਨਿੰਗ ਕੀਤੀ ਆ, ਅੱਜ ਤੁਹਾਡਾ ਲਾਸਟ ਦਿਨ ਹੈ, ਕੰਗ ਗੋਟ ਫਾਰਮ ਹੀ ਕਿਉਂ ਚੁਣਿਆ ਤੁਸੀਂ ਟ੍ਰੇਨਿੰਗ ਵਾਸਤੇ? ਹੋਰ ਵੀ ਅਦਾਰੇ ਜੀ, ਦੇਖੋ ਗੱਲ ਇਹ ਆ ਵੀ ਵੀਡੀਓ ਮੈਂ YouTube ਤੇ ਅਰਸਲ ਦੇਖਦਾ ਰਹਿਣਾ ਜੀ। ਕੰਗ ਗੋਟ ਫਾਰਮ ਇਹਨਾਂ ਨਾਲ ਮੇਰੀ ਕਈ ਮਤਲਬ 8-9 ਮਹੀਨੇ ਪਹਿਲਾਂ ਗੱਲ ਹੋਈ ਸੀ ਫੋਨ ਤੇ ਜੀ। ਇਹਨਾਂ ਨੇ ਮੈਨੂੰ ਬੱਕਰੀਆਂ ਵਾਸਤੇ ਫੋਨ ਕਰਿਆ ਸੀ, ਕਹਿੰਦੇ ਵੀ ਅਸੀਂ ਬੱਕਰੀਆਂ ਖਰੀਦਣੀਆਂ ਨੇ ਜੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਚਲੋ ਬੱਕਰੀਆਂ ਤੁਹਾਨੂੰ ਮੈਂ ਵੀਡੀਓ ਪਾ ਦੂੰਗਾ ਵੀ ਜਿਹੀਆਂ ਤੁਹਾਨੂੰ ਚੰਗੀਆਂ ਲੱਗੀਆਂ ਆਪਾਂ ਦਵਾ ਦਾਂਗੇ। ਤੇ ਮਤਲਬ ਉਦੋਂ ਬਾਅਦ 2-3 ਵਾਰ ਫੋਨ ਤੇ ਗੱਲ ਹੋਈ ਵੀ ਬਸ ਮੈਨੂੰ ਬੰਦੇ ਵਧੀਆ ਲੱਗੇ ਜੀ। ਠੀਕ ਹੈ, ਬਸ ਮੈਨੂੰ ਥੋੜਾ ਜਿਹਾ ਬੰਦਿਆਂ 'ਚ ਜਿਵੇਂ ਮਰਜ਼ੀ ਕਹਿ ਲਓ ਵੀ ਟੈਲੈਂਟ ਲੱਗਿਆ, ਗੁਣ ਲੱਗਿਆ, ਮੈਂ ਤਾਂ ਕਰਕੇ ਇੱਥੇ ਆਇਆ ਜੀ। ਹਾਂਜੀ, ਟ੍ਰੇਨਿੰਗਾਂ ਬਹੁਤ ਥਾਵੇਂ ਲੱਗਦੀਆਂ ਪਰ ਆਪਾਂ ਨਹੀਂ ਗਏ ਪਹਿਲਾਂ ਕਿਤੇ। ਨਹੀਂ, ਹਾਂਜੀ। ਤੇ ਇਹ ਅੱਜ ਦੀ ਜਿਹੜੀ ਟ੍ਰੇਨਿੰਗ ਆ ਉਹਦੇ 'ਚ ਤੁਸੀਂ ਬੱਕਰੀ ਪਾਲਣ ਕੀਤਾ, ਪਹਿਲਾਂ ਵੀ ਕੀਤਾ, ਹਾਂਜੀ ਹਾਂਜੀ, ਜਿਹੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਉਹ ਤੁਹਾਨੂੰ ਕੀ ਮਿਲਿਆ? ਬਾਈ ਜੀ, ਨਵਾਂ ਸਿੱਖਣ ਨੂੰ ਦੇਖੋ, ਪਹਿਲਾਂ ਪਿਓ ਦਾਦਾ ਤੋਂ ਸਿੱਖਦੇ ਆਇਆ ਵੀ ਬੱਕਰੀਆਂ ਨੂੰ ਦੇਸੀ ਤਰੀਕੇ ਨਾਲ ਇਲਾਜ ਜ਼ਿਆਦਾ ਕਰਦੇ ਸੀ। ਕੋਈ ਮਤਲਬ ਆਪਾਂ ਕਹਿੰਦੇ ਵੀ ਕੋਈ ਹਲਦੀ ਦੇ ਦਿਓ ਜਾਂ ਚੀਜ਼ਾਂ ਦੇ ਦਿਓ, ਹੁਣ ਟ੍ਰੀਟਮੈਂਟ ਜ਼ਿਆਦਾ ਚੱਲ ਪਿਆ। ਕਿਉਂਕਿ ਬੱਕਰੀਆਂ ਅੱਗੇ ਗ੍ਰੇਜ਼ਿੰਗ ਤੇ ਜਾਂਦੀਆਂ ਸੀ, ਹੁਣ ਵੀ ਜਾਂਦੀਆਂ ਨੇ, ਪਰ ਅੱਗੇ ਵਾਲੀ ਗ੍ਰੇਜ਼ਿੰਗ ਨਹੀਂ ਰਹੀ, ਹੁਣ ਬਾਰੇ ਚਰਾਈ ਨਹੀਂ ਰਹੀ। ਕਿਉਂਕਿ ਹੁਣ ਦੇਖੋ ਬੱਕਰੀ ਇਹੋ ਜਿਹੀ ਚੀਜ਼ ਆ, ਜੇ ਆਪਾਂ ਢਾਂਗਾ ਮੋਢੇ ਤੇ ਰੱਖਾਂਗੇ ਤਾਂ ਬੱਕਰੀ ਰੱਜੂ ਨਹੀਂ, ਰਾਜਦੀ ਨਹੀਂ, ਰਾਜਦੀ ਨਹੀਂ, ਹੈ ਨਾ ਜੀ। ਇਸ ਕਰਕੇ ਬਸ ਥੋੜਾ ਜਿਹਾ ਟ੍ਰੀਟਮੈਂਟ ਵੱਲ ਜ਼ਿਆਦਾ ਧਿਆਨ ਦਿੱਤਾ ਜੀ। ਠੀਕ ਹੈ, ਥੋੜਾ ਜਿਹਾ ਆਪਾਂ ਨੂੰ ਟ੍ਰੀਟਮੈਂਟ ਦੀ ਜਾਣਕਾਰੀ ਘੱਟ ਸੀ, ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਜ਼ਿਆਦਾ ਸੀ, ਆਪਾਂ ਨੂੰ ਘੱਟ ਸੀ, ਪ੍ਰੈਕਟੀਕਲ ਸੀਗਾ, ਮੈਡੀਕਲ ਜਾਣਕਾਰੀ ਘੱਟ ਸੀ। ਹਾਂਜੀ, ਠੀਕ ਹੈ, ਹਾਂਜੀ, ਠੀਕ ਹੈ ਵੀਰੇ। ਕਿੱਤੇ ਨੂੰ ਕਿਵੇਂ ਮੰਨਦੇ ਹੋ ਤੁਸੀਂ? ਲੰਮੇ ਟਾਈਮ ਇਸ ਚੀਜ਼ 'ਚ ਰਹੇ ਹੋ, ਪਰਿਵਾਰ ਰਿਹਾ, ਕਿਵੇਂ ਦਾ ਕਿੱਤਾ ਨੌਜਵਾਨ ਵੀਰਾਂ ਨੂੰ ਇਸ ਪਾਸੇ ਆਉਣਾ ਚਾਹੀਦਾ? ਕਿੱਤਾ ਵਧੀਆ ਜੀ, ਵਧੀਆ ਕਿੱਤਾ, ਠੀਕ ਆ। ਹਾਂਜੀ, ਕਿੱਥੋਂ ਸ਼ੁਰੂ ਕਰੀਏ ਜੇ ਆਪਾਂ ਸੋਚੀਏ ਵੀ ਨਵੇਂ ਵੀਰ ਹੁਣ ਜਿਹੜੇ ਨਵੇਂ ਵੀਰ ਡਬਲ ਮਾਈਂਡਡ ਆ, ਕੁਛ ਕਹਿੰਦੇ ਆ ਵੀ ਆਪਾਂ ਪੱਠਾਂ ਤੋਂ ਸ਼ੁਰੂ ਕਰੀਏ ਜਾਂ ਆਪਾਂ ਭੇਡਾਂ ਤੋਂ ਸ਼ੁਰੂ ਕਰੀਏ ਜਾਂ ਆਪਾਂ ਵੱਡੀਆਂ ਬੱਕਰੀਆਂ ਲਈਏ ਜਾਂ ਗੱਭਣਾ ਲਈਏ, ਤੁਸੀਂ ਕੀ ਮੰਨਦੇ ਹੋ? ਉਹ ਵੀਰ ਜੀ ਦੇਖੋ, ਬੰਦੇ ਨੂੰ ਆਪਦਾ ਸਟੈਂਡ ਦੇਖਣਾ ਚਾਹੀਦਾ ਵੀ ਜਿੰਨੇ ਕ ਆਪਣੇ ਕੋਲ ਮਤਲਬ ਪੈਸੇ ਹੈਗੇ ਉਹਨਾਂ ਕ ਕੰਮ ਚਲਾਉਣਾ ਚਾਹੀਦਾ। ਠੀਕ ਹੈ, ਜੇਕਰ ਕਿਸੇ ਵੀਰ ਕੋਲੇ 50-60 ਹਜ਼ਾਰ ਰੁਪਏ ਉਹ ਪੱਠਾਂ ਤੋਂ ਸ਼ੁਰੂ ਕਰ ਲਏ। ਠੀਕ ਹੈ, ਦੋ ਪੱਠਾਂ ਰੱਖ ਲਏ, ਚਾਰ ਰੱਖ ਲਏ, ਜੇ ਆਪਾਂ ਨੂੰ ਕੰਮ ਵਧੀਆ ਲੱਗਦਾ ਤਾਂ 6 ਕਰ ਲਏ।
ਹੌਲੀ ਹੌਲੀ ਕੰਮ ਨੂੰ ਵਧਾਵੇ। ਇਹ ਨਹੀਂ ਹੈਗਾ ਵੀ ਆਪਾਂ ਨੂੰ ਕਿਸੇ ਨੇ ਕਹਿ ਦਿੱਤਾ ਵੀ ਮੇਰਾ ਤਾਂ 100 ਬੱਕਰੀ ਦਾ ਫਾਰਮ ਆ ਵੀ ਤੁਸੀਂ ਵੀ 100 ਹੀ ਰੱਖ ਲਓ, ਉਹ ਗੱਲ ਬਿਲਕੁਲ ਗਲਤ ਆ। ਕਿਉਂਕਿ ਆਪਾਂ 100 ਬੱਕਰੀ ਤੋਂ ਕਹਿਣਾ ਸੌਖਾ ਪਰ ਰੱਖਣੀ ਬਹੁਤ ਔਖੀ। ਜਿਵੇਂ ਤੁਸੀਂ ਪੱਠਾਂ ਦੀ ਗੱਲ ਕੀਤੀ, ਹੁਣ ਜ਼ਿਆਦਾਤਰ ਵੀਰ ਆ ਜਿਹੜੇ ਉਹ ਇਹ ਸਵਾਲ ਕਰਨਗੇ ਜੇ ਪੱਠਾਂ ਰੱਖਣੀਆਂ ਤਾਂ ਕਿੰਨੀ ਕੁ ਉਮਰ ਦੀਆਂ ਰੱਖੀਏ ਤਾਂ ਕਿ ਆਪਾਂ ਨੂੰ ਪੱਠਾਂ ਤਕਰੀਬਨ ਵੀਰੇ ਨਸਲ ਦੀ ਵੀ ਜੱਜਮੈਂਟ ਹੋ ਜਾਵੇ, 4 ਤੋਂ 5 ਮਹੀਨੇ ਤੋਂ ਘੱਟ ਪੱਠ ਨਹੀਂ ਲੈਣੀ ਚਾਹੀਦੀ। ਠੀਕ ਹੈ, ਘੱਟੋ ਘੱਟ 4 ਜਾਂ 3 ਤੋਂ ਇਹ ਤੋਂ ਘੱਟ ਤਾਂ ਕੋਈ ਫਾਇਦਾ ਨਹੀਂ। ਕੀ ਕਾਰਨ ਆ ਇਹਦਾ ਜੀ? ਕਾਰਨ ਵੀਰ ਜੀ ਦੇਖੋ, ਆਏ ਆ ਜਦੋਂ ਆਪਾਂ ਬੱਚਾ ਛੋਟਾ ਖਰੀਦ ਲੈਂਦੇ ਹਾਂ, ਪਹਿਲੀ ਗੱਲ ਤਾਂ ਬੱਚੇ ਦੀ ਉਹ ਜਿਹੀ ਗਰੋਥ ਨਹੀਂ ਬਣਦੀ ਜੀ। ਜਦੋਂ ਆਪਾਂ ਬੱਚਾ ਖਰੀਦਦੇ ਹਾਂ ਮਾਂ ਤੋਂ ਅਲੱਗ ਕਰਦੇ ਹਾਂ ਤਾਂ ਬੱਚਾ ਮੱਲੋ ਜੋਰੀ ਉੱਧਰ ਜਾਂਦਾ। ਠੀਕ ਹੈ ਜੀ, ਬੱਚੇ ਦੀ ਉਹ ਜਿਹੀ ਗਰੋਥ ਨਹੀਂ ਹੁੰਦੀ, ਫਿਰ ਬੱਚੇ ਦੀ ਮਤਲਬ ਸਹਿਣ ਸ਼ਕਤੀ ਵੱਧਦੀ ਨਹੀਂ ਹੈਗੀ, ਬੱਚਾ ਵੱਧਦਾ ਨਹੀਂ ਹੈਗਾ ਜੀ। ਜੀ ਫਿਰ ਉਹਦੇ ਮਤਲਬ ਆਪਾਂ ਦੁੱਧ ਘਰ ਦਾ ਪਿਉਣ ਲੱਗ ਜਾਂਦੇ ਹਾਂ, ਮੱਝ ਦਾ ਜਾਂ ਗਾਂ ਦਾ, ਫਿਰ ਉਹਦੇ ਅੰਦਰ ਆਪਣੇ ਪੇਟ 'ਚ ਕੀੜੇ ਪੈਦਾ ਹੋ ਜਾਂਦੇ ਆ। ਠੀਕ ਹੈ, ਇਸ ਕਰਕੇ ਬੱਚਾ ਵੱਧਦਾ ਨਹੀਂ, ਫਿਰ ਕੱਦ ਛੋਟਾ ਰਹਿ ਜਾਂਦਾ, ਫਿਰ ਅਗਲਾ ਕਹਿੰਦਾ ਵੀ ਸਾਡੇ ਪਸ਼ੂ ਕੱਦ ਨਹੀਂ ਕਰਿਆ ਜਾਂ ਇਹ ਨਹੀਂ ਕਰਿਆ, ਇਹ ਗੱਲਾਂ ਦਾ ਇਹੀ ਕਾਰਨ ਬਣ ਜਾਂਦਾ। ਠੀਕ ਹੈ, ਹਾਂਜੀ। ਪਰ ਜ਼ਿਆਦਾਤਰ ਜਿਹੜੇ ਨੌਜਵਾਨ ਵੀਰ ਆ ਨਾ ਜਾਂ ਉਹਨਾਂ ਦੇ ਪਰਿਵਾਰ ਕਹਿ ਲਓ, ਜਿਹੜਾ ਕਿੱਤਾ ਜਾਣੇ ਕਿਸਾਨੀ ਲਾ ਲਓ ਮੰਨ ਕੇ ਚਲੋ, ਜੇ ਜੇ ਪਿਓ ਕਰਦਾ ਤਾਂ ਪਿਓ ਕਹਿੰਦਾ ਵੀ ਮੇਰਾ ਪੁੱਤ ਕੁਝ ਹਟ ਕੇ ਕਰੇ, ਇਹ ਚੀਜ਼ ਨਾ ਕਰੇ। ਹਾਂਜੀ ਹਾਂਜੀ। ਪਰ ਤੁਸੀਂ ਕਿਵੇਂ ਬੱਕਰੀ ਪਾਲਣ ਵਾਲੇ ਪਾਸੇ ਹੀ ਆਏ? ਵੀਰ ਜੀ ਦੇਖੋ, ਗੱਲ ਇੱਦਾਂ ਵੀ ਪਹਿਲਾਂ ਘਰ ਦੇ ਕੁਝ ਹਾਲਾਤ ਇਹੋ ਜਿਹੇ ਸੀ ਜੀ, ਪਹਿਲਾਂ ਪੜ੍ਹਦੇ ਰਹੇ, ਪੜ੍ਹਨ ਦੇ ਨਾਲ ਨਾਲ ਪਿਤਾ ਜੀ ਹੋਰ ਕੰਮ ਵੀ ਲੱਗ ਗਏ ਸੀ ਬਿਜਲੀ ਕਾਰਨ, ਥੋੜ੍ਹਾ ਜਿਹਾ ਜਗ੍ਹਾ ਲੈਣੀ ਕਰਕੇ ਪੈਸੇ ਸਿਰ ਵੀ ਹੋ ਗਏ ਸੀ, ਤੇ ਫਿਰ ਬੱਕਰੀਆਂ ਅਸੀਂ ਵੇਚਤੀਆਂ ਸੀ, 4 ਕੁ ਬੱਕਰੀਆਂ ਰੱਖ ਲਈਆਂ ਸੀ, ਮਤਲਬ ਨਸਲ ਨਹੀਂ ਕਮਾਈ ਘਰ ਦੀ। ਉਦੋਂ ਬਾਅਦ ਫਿਰ ਮੈਂ ਸਕੂਲ ਜਾਂਦਾ, ਸਕੂਲੋਂ ਆ ਕੇ ਦੁਬਾਰੇ ਬੱਕਰੀਆਂ ਚਾਰਦਾ ਘਰੇ ਆ ਕੇ, 3 ਵਜੇ ਮੈਨੂੰ ਛੁੱਟੀ ਹੋ ਜਾਣੀ। ਉਦੋਂ ਬਾਅਦ ਫਿਰ ਹੌਲੀ ਹੌਲੀ ਬਸ ਮਾਲਕ ਨੇ ਬਾਂਹ ਫੜੀ, ਫਿਰ ਪਸ਼ੂ ਦੁਬਾਰਾ ਤਿਆਰ ਹੋ ਗਏ। ਠੀਕ ਹੈ, ਹਾਂਜੀ, ਬਹੁਤ ਵਧੀਆ, ਧੰਨਵਾਦ ਵੀਰੇ। ਸੋ ਦੋਸਤੋ, ਇਹ ਉਹ ਨੌਜਵਾਨ ਆ ਜਿਹੜਾ ਬਾਹਰ ਦੇ ਸੁਪਨਿਆਂ ਨੂੰ ਛੱਡ ਕੇ ਇੱਕ ਨਵੀਂ ਜ਼ਿੰਦਗੀ ਦੀ ਇੱਥੇ ਸ਼ੁਰੂਆਤ ਕਰਨ ਜਾ ਰਿਹਾ, ਪਿਤਾ ਪੁਰਖੀ ਕਿੱਤੇ ਨੂੰ ਜਿਹੜਾ ਸੰਭਾਲ ਕੇ ਉਹਨੂੰ ਨਵੇਂ ਤਕਨੀਕ ਦੇ ਨਾਲ ਨਵੇਂ ਢੰਗ ਦੇ ਨਾਲ ਕਰਨਾ ਚਾਹੁੰਦਾ। ਸੋ ਤੁਸੀਂ ਵੀ ਜੁੜੇ ਹੋਏ ਹੋ, ਕੰਗ ਗੋਡ ਫਾਰਮ ਦਾ ਥੱਲੇ ਨੰਬਰ ਚੱਲ ਰਿਹਾ, ਟ੍ਰੇਨਿੰਗ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ। ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਕੰਗ ਗੋਡ ਫਾਰਮ 'ਤੇ ਖੜ੍ਹੇ ਹਾਂ, ਟ੍ਰੇਨਿੰਗ ਦਾ ਜਿਹੜਾ ਦੂਜੇ ਦਿਨ ਦਾ ਲਾਸਟ ਆ, ਜਿਹੜਾ ਫਾਈਨਲ 'ਤੇ ਆ ਗਈ ਹੈ ਟ੍ਰੇਨਿੰਗ, ਅਤੇ ਹਾਫ ਟਾਈਮ ਦਾ ਜਿਹੜਾ ਸਮਾਂ ਹੋਇਆ ਰੋਟੀ ਖਾਣ ਦੇ ਲਈ, ਛੁੱਟੀ ਮਿਲੀ ਹੈ ਬਾਈਆਂ ਨੂੰ, ਅਤੇ ਟ੍ਰੇਨਿੰਗ ਤੋਂ ਬਾਹਰ ਆਏ ਆ, ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਵੀ ਕਿਵੇਂ ਦੀ ਲੱਗੀ, ਕੁਝ ਸਿੱਖਣ ਨੂੰ ਮਿਲਿਆ ਜਾਂ ਟ੍ਰੇਨਿੰਗ ਵਾਸਤੇ ਕੀ ਸਿਸਟਮ ਆ, ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਕਿਹੜਾ ਏਰੀਆ ਬਾਈ? ਮੁਕਤਸਰ ਜ਼ਿਲ੍ਹਾ ਜੀ ਆਪਣਾ। ਸਾਰੇ ਬਾਈਆਂ ਦੇ? ਮੈਂ ਜੀਰੇ ਤੋਂ। ਜੀਰੇ ਤੋਂ ਬਾਈ? ਆਪਣਾ ਸਗਰਾਣਾ ਪਿੰਡ। ਸਗਰਾਣਾ ਮੁਕਤਸਰ 'ਚ, ਠੀਕ ਆ ਬਾਈ। ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਵੀ ਕੀ ਕਾਰਨ ਰਿਹਾ ਬੱਕਰੀ ਪਾਲਣ 'ਚ ਜਾਂ ਟ੍ਰੇਨਿੰਗ ਲੈਣ ਵਾਸਤੇ, ਬੱਕਰੀ ਪਾਲਣ ਕਿੱਤੇ 'ਚ ਕਿਉਂ ਹੋਣਾ ਹੋਇਆ, ਹੋਰ ਵੀ ਬਹੁਤ ਕਿੱਤੇ ਆ। ਨਹੀਂ ਵੀਰੇ, ਗੱਲ ਇਹ ਆ ਨਾ ਵੀ ਆਪਾਂ ਪਰਿਵਾਰ ਖੇਤੀਬਾੜੀ ਵਾਲਾ ਹੀ ਆ। ਠੀਕ ਹੈ, ਠੀਕ ਹੈ। ਖੇਤੀਬਾੜੀ ਕਰਦੇ ਆ ਡੈਡੀ ਵਰਗੇ ਵੀ ਸਾਰੇ, ਤੇ ਹੁਣ ਥੋੜਾ ਟਾਈਮ ਹੋਇਆ ਵੀ ਨਾਲ ਕਰਾਉਣ ਲੱਗ ਗਏ, ਪਹਿਲਾਂ ਪੜ੍ਹਦੇ ਪੁੜਦੇ ਰਹੇ, ਚੱਲ ਵੀ ਹੋਰ ਕੋਈ ਨੌਕਰੀ ਵਾਲਾ ਨਹੀਂ ਬਣਿਆ ਸਿਸਟਮ। ਠੀਕ ਹੈ, ਤੇ ਬਾਕੀ ਆ ਵੀਡੀਓ ਦੇਖਦੇ ਹੁੰਦੇ ਸੀਗੇ ਵੀ ਆ ਮੰਡੀਆਂ ਮੁੰਡੀਆਂ, ਆਮ ਹੀ ਦੇਖਦੇ ਰਹੇ ਆ, ਤੇ ਸਾਨੂੰ ਐਂ ਲੱਗਿਆ ਵੀ ਚੱਲ ਇਸ ਕੰਮ ਵੱਲ ਜਾਣਾ ਚਾਹੀਦਾ ਗਾ ਆਪਾਂ ਨੂੰ, ਤੇ ਕੰਮ ਵੱਲ ਜਾਣ ਤੋਂ ਪਹਿਲਾਂ ਥੋੜਾ ਸਿੱਖਣਾ ਜ਼ਰੂਰੀ ਆ। ਵੀ ਆਪਾਂ ਵੀਡੀਓ ਦੇਖਦੇ ਹੁੰਦੇ ਸੀ ਵੀ ਐਂ ਕਰਕੇ ਟ੍ਰੇਨਿੰਗ ਮਿਲਦੀ ਆ, ਵੀ ਫੇਰ ਕੰਮ ਸ਼ੁਰੂ ਕਰਨਾ ਚਾਹੀਦਾ ਜੀ। ਇਸੇ ਕਰਕੇ ਫਿਰ ਇਸੇ 'ਚ ਟ੍ਰੇਨਿੰਗ ਲਾਉਣ ਵਾਸਤੇ ਆਏ ਸੀ, ਕੰਗ ਸਾਹਿਬ ਨਾਲ ਕੰਟੈਕਟ ਹੋਇਆ ਸੀਗਾ ਜੀ, ਤੇ ਟ੍ਰੇਨਿੰਗ ਲਾਉਣ ਆਏ ਆ, 2 ਦਿਨ ਹੋ ਗਏ, ਅੱਜ ਦੂਜਾ ਦਿਨ, ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਆਪਾਂ ਨੂੰ। ਪਹਿਲਾਂ ਘਰੇ ਪਹਿਲਾਂ ਕੋਈ ਬੱਕਰੀ ਵਗੈਰਾ ਹੈ ਨਹੀਂ ਸੀ? ਪਹਿਲੀ ਨਹੀਂ ਰੱਖਣੀ? ਪਹਿਲਾਂ ਹੈ ਨਹੀਂ ਸੀਗੀ ਆਪਾਂ। ਕਿਵੇਂ ਕਿਵੇਂ ਲੱਗਿਆ ਟ੍ਰੇਨਿੰਗ ਦਾ ਸਿਸਟਮ ਆ ਜਿਹੜਾ, ਕੀ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਤੁਸੀਂ ਜਮਾਂ ਹੀ ਨਵੇਂ ਸੀਗੇ? ਹਾਂਜੀ, ਨਵਾਂ ਕੀ? ਇਹ ਤਾਂ ਇਹ ਆ ਵੀ ਸ਼ੁਰੂ ਸਾਰਾ ਕੁਝ ਸ਼ੁਰੂ ਸਾਰਾ ਹੀ ਮਿਲ ਗਿਆ ਵੀ ਕਿਵੇਂ ਆਪਾਂ ਬੱਕਰੀ ਰੱਖਣੀ ਆ, ਜਾਂ ਕੋਈ ਮੈਡੀਸਨ ਵਗੈਰਾ ਵੈਕਸੀਨ ਕਰਨੀ ਆ ਕਿਵੇਂ ਕਰਨੀ ਆ, ਕਿੰਨੇ ਬੱਚੇ ਛੋਟੇ ਬੱਚੇ ਤੋਂ ਕਿੰਨੇ ਮਹੀਨੇ ਦੇ ਬੱਚੇ ਨੂੰ ਆਪਾਂ ਵੈਕਸੀਨ ਕਰਨੀ ਆ, ਤੇ ਹੋਰ ਵੀ ਰੱਖ ਰਖਾਵ ਕਿਵੇਂ ਕਰਨਾ, ਦੇਖਭਾਲ ਕਿਵੇਂ ਕਰਨੀ ਆ, ਇਸ ਤਰ੍ਹਾਂ ਬਹੁਤ ਕੁਝ ਐਵੇਂ ਦਾ ਵੀ ਵਿੱਚ ਐਡ ਹੋਇਆ ਵੀ ਜੇ ਮੰਡੀ ਚੋਂ ਆਪਾਂ ਬੱਕਰੀ ਲੈਣੀ ਆ ਤਾਂ ਉਹਦਾ ਮੁੱਲ ਆਪਾਂ ਵੇਖਣਾ,
ਵੀ ਕਿਹੜੀ ਬੱਕਰੀ ਕਿੰਨੇ ਕੁ ਦੀ ਹੈ, ਇਹ ਸਾਰਾ ਕੁਝ ਵਿੱਚ ਦੱਸਿਆ ਗਿਆ? ਹਾਂਜੀ, ਇਹ ਵੀ ਸਾਰਾ ਕੁਝ ਦੱਸਿਆ ਗਿਆ ਜੀ। ਨਸਲ ਬਾਰੇ ਵੀ ਦੱਸਿਆ ਗਿਆ ਆਪਾਂ ਨੂੰ ਵੀ ਕਿਵੇਂ ਨਸਲ ਆਪਾਂ ਵੇਖਣੀ ਹੈ, ਪਛਾਣ ਕਰਨੀ ਆ, ਕਿਸ ਤਰ੍ਹਾਂ ਦੀ ਬੱਕਰੀ ਹੋਣੀ ਚਾਹੀਦੀ ਆ, ਉਸ ਹਿਸਾਬ ਨਾਲ ਪ੍ਰਾਈਜ਼ ਤੁਸੀਂ ਲਾਉਣਾ ਹੈਗਾ। ਕਿਉਂਕਿ ਮੰਡੀਆਂ ਦੇ ਵਿੱਚ ਅੱਜ ਕੱਲ ਧੋਖਾਧੜੀ ਦਾ ਕਰਕੇ ਅਣਜਾਣ ਬੰਦੇ ਤੋਂ ਹਨਾ ਵੱਧ ਪੈਸੇ ਲਏ ਜਾਂਦੇ ਆ, ਬਾਅਦ ਚ ਫਿਰ ਪਛਤਾਵਾ ਵੀ ਹੁੰਦਾ, ਲੌਸ ਵੀ ਹੁੰਦਾ। ਇਸ ਕਰਕੇ ਸਾਨੂੰ ਸਾਰਾ ਕੁਛ ਹੀ ਦੱਸਿਆ ਗਿਆ, ਪੂਰੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਬਾਈ ਜੀ। ਧੰਨਵਾਦ ਬਾਈ, ਆਇਓ ਅੱਗੇ ਬਾਈ। ਤੁਸੀਂ ਕਿਹਾ ਸੀਗਾ ਵੀ ਅਸੀਂ ਜੀਰੋ ਤੋਂ ਆਏ, ਕਿਵੇਂ ਕਿਵੇਂ ਕੰਗ ਗੋਡ ਫਾਰਮ ਬਾਰੇ ਕਿਵੇਂ ਪਤਾ ਲੱਗਿਆ ਵੀ ਇੱਥੇ ਟ੍ਰੇਨਿੰਗ ਹੈ ਜਿਹੜੀ ਉਹ ਹੁੰਦੀ ਹੈ? ਮੇਰਾ ਭਾਜੀ ਪਿੰਡ ਬਾਲਾ ਜੀਰੇ ਦੇ ਨਾਲ ਹੀ ਜੀ, ਉੱਥੋਂ ਮੁੰਡਾ ਅੱਗੇ ਲੈ ਕੇ ਗਿਆ ਟ੍ਰੇਨਿੰਗ ਜੀ। ਉਹ ਐਂ ਉਹਦੇ ਨਾਲ ਮੇਰਾ ਸੰਪਰਕ ਹੋਇਆ ਤੇ ਮੈਨੂੰ ਉਹਨੇ ਸਾਰਾ ਦੱਸਿਆ ਵੀ ਇਦਾਂ, ਤੇ ਮੈਂ ਤੈਨੂੰ ਦੱਸਦਾ ਸੀ ਮੈਂ ਕੁਛ ਟਾਈਮ ਪਹਿਲਾਂ ਬਾਹਰ ਵੀ ਗਿਆ ਸੀ, ਉੱਥੇ ਨਹੀਂ ਸੈਟਿੰਗ ਆਈ ਜਾਂ ਕੁਛ ਲਾ ਲਓ, ਹੁਣ ਵੀ ਮੈਂ ਫਿਰਦਾ ਸੀ ਪਰ ਮੈਨੂੰ ਉਹ ਮੁੰਡੇ ਨੇ ਗਾਈਡ ਕੀਤਾ, ਕਹਿੰਦਾ ਵੀ ਤੂੰ ਨਾ ਜਾ, ਠੀਕ ਹੈ ਵੀ ਕੋਈ ਇੱਥੇ ਧੰਦਾ ਆਪਣੇ ਚਲੋ ਖੋਲ ਲਈਏ, ਨੌਕਰੀਆਂ ਚਲੋ ਮਿਲਦੀਆਂ ਨਹੀਂ ਤੁਹਾਨੂੰ ਵੀ ਪਤਾ ਹੀ ਆ ਉਹ ਆਪਣੇ ਸਰਕਾਰਾਂ ਦਾ ਕਰਕੇ, ਤੇ ਚਲੋ ਇੱਥੇ ਐਂ ਵਧੀਆ ਲੱਗਾ। ਆਪਣੇ ਕੰਗ ਸਾਹਿਬ ਨਾਲ ਕਨੈਕਟ ਹੋਇਆ ਫੋਨ ਤੇ, ਮੈਂ ਪੁੱਛਿਆ, ਉਹਨਾਂ ਦੱਸਿਆ ਵੀ ਸਾਰਾ ਇੱਦਾਂ ਇੱਥੇ ਆਉਣਾ ਤੇ ਜੋ ਵੀ ਹੈਗਾ, ਤੇ ਇੱਥੇ ਐਂ ਟ੍ਰੇਨਿੰਗ ਕੱਲ ਵੀ ਹੋਈ ਆ, ਅੱਜ ਵੀ ਹੁਣ 3 ਵਜੇ ਚੱਲੇ ਆ ਤੇ ਹੁਣ ਬ੍ਰੇਕ ਟਾਈਮ ਸੀਗਾ, ਅੰਦਰ ਟ੍ਰੇਨਿੰਗ ਤੋਂ ਹੀ ਬਾਹਰ ਆਏ ਆ ਜੀ। ਤੇ ਮੈਨੂੰ ਤਾਂ ਆਪਣੇ ਜੀ ਬਹੁਤ ਵਧੀਆ ਧੰਦਾ ਲੱਗਾ ਜੀ, ਕਿਉਂਕਿ ਆਪਣੇ ਬਿਜ਼ਨਸ ਕੋਈ ਵੀ ਆ ਭਾਵੇਂ ਛੋਟਾ ਵਾ ਜਾਂ ਵੱਡਾ ਵਾ, ਪਰ ਚਲੋ ਬੰਦਾ ਚਲਾਉਂਦਾ ਇਸੇ ਲਈ ਆ ਵੀ ਮੈਂ ਕੁਛ ਆਪਣੇ ਆਪਣੇ ਕਹਿ ਦਈਏ ਵੀ ਖਰਚਾ ਪਾਣੀ ਜਾਂ ਕੁਛ, ਕੱਲੀ ਜ਼ਮੀਨ ਦੇ ਨਾਲ ਸਰਦਾ ਨਹੀਂ, ਸਰਦਾ ਨਹੀਂ। ਕੋਈ ਦੂਸਰਾ ਧੰਦਾ ਹੋਵੇ ਚਲੋ ਵਧੀਆ ਗੱਲ ਆ। ਸਾਡੇ ਪਿੰਡ ਅੱਗੇ ਵੀ ਪੋਲਟਰੀ ਫਾਰਮ ਹੈਗੇ, ਮੈਂ ਪੋਲਟਰੀ ਫਾਰਮ ਲੱਗਾ ਸੀਗਾ, ਪਰ ਮੈਂ ਉਹਦੇ ਵਿੱਚ ਸੋਚਿਆ ਵੀ ਚਲੋ ਕੋਈ ਵੱਖਰਾ ਕਰਦੇ ਆ, ਚਾਰ ਪੈਸੇ ਵੀ ਆਉਣਗੇ ਤੇ ਸਾਰਿਆਂ ਨੂੰ ਵਧੀਆ। ਮੇਰੇ ਮੋਟਰ ਤੇ ਥਾਂ ਬਣਾ ਕੇ ਭਰਤੀ ਪਾਈ ਪਈ ਆ, ਬਸ ਟ੍ਰੇਨਿੰਗ ਦਾ ਇੰਤਜ਼ਾਰ ਕਰਦਾ ਹਾਂ ਕਰਕੇ ਫਿਰ ਸ਼ੁਰੂ ਕਰਦੇ ਹਾਂ। ਜਿਵੇਂ ਤੁਸੀਂ ਕਿਹਾ ਪੋਲਟਰੀ ਫਾਰਮ ਦਾ ਵੀ ਮੈਂ ਕਰਨਾ ਚਾਹੁੰਦਾ ਸੀ, ਤੇ ਹੋਰ ਵੀ ਬੰਦੇ ਦੇ ਦਿਮਾਗ 'ਚ ਆਉਂਦੇ ਆ ਕਿਤੇ, ਬੱਕਰੀ ਪਾਲਣੀ ਕਿਉਂ ਚੁਣਿਆ ਗਿਆ ਇਹਦੇ ਵਿੱਚ ਖਾਸ? ਬੱਕਰੀ ਪਾਲਕ ਭਾਜੀ ਐਂ ਆ ਵੀ ਇਹਨਾਂ ਦਾ ਵਾਧਾ ਬਹੁਤ ਆ ਜੀ ਜੀ, ਜਿਵੇਂ ਆਪਣੇ ਚੰਗੀ ਬਰੀਡ ਹੋਏ ਆਪਣੇ ਜਿਵੇਂ ਬੀਟਲ ਆ, ਕੋਈ ਬੱਚੇ ਜਾਣੀ ਕਿ 2 ਤੋਂ ਘੱਟ ਕਦੇ 1 ਜਾਂ 2, ਹੁਣ ਜੇ ਮੰਨ ਲਓ 100 ਜਾਨਵਰ ਮੈਂ ਪਾਇਆ ਤੇ ਚਲੋ ਰੱਬ ਕਰੇ ਇੱਥੋਂ ਟ੍ਰੇਨਿੰਗ ਲਈ ਆ, ਸਾਰਾ ਕੁਛ ਸਹੀ ਸੈੱਟ ਚੱਲਿਆ, ਕੋਈ ਪ੍ਰੋਫਿਟ ਆਊਗਾ, ਵਾਧਾ ਦਿਖਿਆ ਤਾਂ ਲੱਗੇ ਜੀ। ਠੀਕ ਹੈ, ਇੱਥੇ ਹੁਣ ਟ੍ਰੇਨਿੰਗ ਤੁਸੀਂ ਕੀਤੀ ਵੀ ਆ, ਬਾਈ ਨੇ ਦੱਸਿਆ ਵੀ ਵੈਕਸੀਨ ਵੀ ਦੱਸਦੇ ਆ, ਦਵਾਈਆਂ ਬਾਰੇ ਵੀ ਦੱਸਿਆ, ਦਵਾਈਆਂ ਤੋਂ ਇਲਾਵਾ ਹੋਰ ਵਿੱਚ ਇਹਦੇ ਕੀ ਉਹਨਾਂ ਨੇ ਦੱਸਿਆ, ਲੋਨ ਬਾਰੇ ਜਾਂ ਹੋਰ ਕੋਈ ਨਸਲ ਬਾਰੇ ਵੀ ਦੱਸਦੇ ਆ, ਭੇਡਾਂ ਭੁੱਡਾਂ ਬਾਰੇ ਜਾਂ ਇਕੱਲੇ ਹੀ ਬੱਕਰੀ ਬਾਰੇ ਦੱਸਦੇ? ਨਹੀਂ ਭਾਜੀ, ਭੇਡਾਂ ਬਾਰੇ ਵੀ ਸਾਰਾ ਦੱਸਿਆ ਜੀ। ਠੀਕ ਹੈ ਜੀ, ਡਾਕਟਰ ਸਾਹਿਬ ਕਹਿੰਦੇ ਵੀ ਜੇ ਤੁਸੀਂ ਮੰਨ ਲਓ ਭੇਡਾਂ ਦਾ ਕਰਨਾ, ਫਿਰ ਜਿੱਦਾਂ ਤੁਸੀਂ 100 ਜਾਨਵਰ ਦਾ ਕਰਨਾ, 50 ਬੱਕਰੀ ਪਾਲੋ, 50 ਭੇਡ ਪਾਲੋ ਜੀ, ਚਲੋ ਭੇਡਾਂ ਦਾ ਵੀ ਬਹੁਤ ਵਧੀਆ ਧੰਦਾ ਵਾ, ਆਹ ਤੇ ਇਸੇ ਲੈਣ 'ਚ ਹੀ ਜਾਂਦੇ ਉਹ ਵੀ। ਤੇ ਟ੍ਰੇਨਿੰਗ ਤੋਂ ਭਾਜੀ ਸਾਨੂੰ ਇੰਨਾ ਵੀ ਉਹਨਾਂ ਇੱਕ ਤਾਂ ਨਸਲ ਦੱਸਿਆ ਵੀ ਜੋ ਆਪਣੇ ਜਿਹੜੀ ਸਹੀ ਬੀਟਲ ਆ ਵੀ ਉਹਦੀ ਪਛਾਣ ਕਿਵੇਂ ਆ, ਜਿੱਦਾਂ ਸਾਰਾ ਦੱਸਿਆ ਉਹਨਾਂ। ਤੇ ਲਾਉਣ ਬਾਰੇ ਭਾਜੀ ਦੱਸਿਆ ਵਾ ਵੀ ਆਪਣੇ ਡਾਕਟਰ ਸਾਹਿਬ ਸੀਗੇ ਤੇ ਅਵਤਾਰ ਜੀ, ਉਹਨਾਂ ਸਾਨੂੰ ਲਾਉਣ ਬਾਰੇ ਵੀ ਸਮਝਾਇਆ ਵੀ ਜੇ ਮੰਨ ਲਓ ਲਾਉਣ ਤੁਹਾਡਾ ਪਾਸ ਹੁੰਦਾ ਜਾਂ ਕਿੱਦਾਂ, ਸਾਰਾ ਉਹਨਾਂ ਸਾਨੂੰ ਗਾਈਡ ਕੀਤਾ। ਅੱਗੇ ਵੀ ਉਹ ਆਉਂਦੇ ਤੁਹਾਡਾ ਲਾਉਣ ਜਦੋਂ ਕਰਨਾ ਵਾ ਜਾਂ ਕਰਾਉਣਾ, ਉਦੋਂ ਆਪਾਂ ਨੂੰ ਦੱਸਣਗੇ ਵੀ ਕੀ ਲਾਉਣ ਬਾਰੇ। ਹਾਂਜੀ, ਵੀ ਜੇ ਤੁਸੀਂ ਬੈਂਕ 'ਚ ਜਾਂਦੇ ਹੋ ਜਾਂ ਕੋਈ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਵੀ ਤੁਸੀਂ ਜਾਂ ਸਾਡੇ ਨੰਬਰਾਂ 'ਤੇ, ਉਹ ਕਹਿੰਦੇ ਵੀ ਸੰਪਰਕ ਕਰ ਸਕਦੇ। ਕਿਵੇਂ ਲੱਗਿਆ ਇੰਨੀ ਸਹੂਲਤ ਖਾਣ ਪੀਣ ਬਾਰੇ ਜਾਂ ਰਿਹਾਇਸ਼ ਬਾਰੇ? ਇੱਥੇ ਰਹੇ ਹੋ ਤੁਸੀਂ 2 ਦਿਨ, ਕਿਵੇਂ ਦਾ ਮਾਹੌਲ ਲੱਗਿਆ? ਭਾਜੀ ਖਾਣ ਪੀਣ ਵੀ ਚਲੋ ਵਾਧੂ ਸੀ, ਆਪਣੇ ਕੰਗ ਸਾਹਿਬ ਉਹਨਾਂ ਲੰਗਰ ਲਾਇਆ,
ਲੰਗਰ ਅਰਗਾ ਹੋ ਗਿਆ ਜੀ, ਤੇ ਰਹਿਣ ਲਈ ਰਹਿਸ਼ ਸਾਡੀ ਇਹਨਾਂ ਹੋਟਲ ਬੁਕਿੰਗ ਕਰਕੇ ਦਿੱਤੀ ਸੀਗੀ ਇੱਥੇ ਆਪਣੇ ਪਟਿਆਲੇ ਖਾਸੀ ਸ਼ਹਿਰ ਦੇ ਵਿੱਚ, ਦੁੱਖ ਨਿਵਾਰ ਗੁਰਦੁਆਰੇ ਦੇ ਨਾਲ ਹੀ ਫਲਾਈ ਓਵਰ ਆਪਣੇ ਸੀਗਾ ਦੂਜਾ ਹੋਟਲ, ਤੇ ਬਹੁਤ ਵਧੀਆ ਜੀ ਇਹਨਾਂ ਦਾ ਜਾਣੀ ਕਿ ਇਹਨਾਂ ਇੰਨੀ ਦੂਰੋਂ ਹੁਣ ਕਿੱਥੋਂ ਕਿੱਥੋਂ ਦੇਖੋ ਪੰਜਾਬ ਤੋਂ, ਹਰਿਆਣੇ ਤੋਂ, ਆਪਣੇ ਇੱਕ ਬਾਈ ਮਿਲਿਆ ਮੈਨੂੰ ਰਾਜਸਥਾਨ ਤੋਂ, ਚਲੋ ਵਧੀਆ ਲੱਗਾ ਤੋਂ ਆਏ ਗਾਂ ਵੀ। ਚਲੋ ਹੁਣ ਆਪਾਂ ਇੰਨਾ ਕਹਿੰਦੇ ਵੀ ਜਿਹੜੇ ਮੇਰੇ ਭਰਾ ਨੇ ਕੋਈ ਲੈਣੀ ਟ੍ਰੇਨਿੰਗ ਜ਼ਰੂਰ ਆਓ, ਪਤਾ ਲੱਗਦਾ ਨਵੇਂ ਬੰਦੇ ਨੂੰ, ਹੁਣ ਨਵਾਂ ਬੰਦਾ ਕੰਮ ਸ਼ੁਰੂ ਕਰਦਾ ਉਹਨੂੰ ਕੁਛ ਨੀ ਪਤਾ ਲੱਗਦਾ ਜੀ ਵੀ ਕਿਵੇਂ ਇਹਦਾ ਇਲਾਜ ਆ, ਵੈਕਸੀਨ ਕਿਵੇਂ ਆ, ਜਾਂ ਕਿਵੇਂ ਕਰਨਾ, ਇਹਦਾ ਪਾਲਣ ਪੋਸ਼ਣ ਕਿਵੇਂ ਕਰਨਾ, ਉਹ ਸਾਰਾ ਇਹਦੇ ਵਿੱਚ ਟ੍ਰੇਨਿੰਗ ਸਾਨੂੰ ਦੱਸਿਆ ਜੀ। ਹਾਂਜੀ ਧੰਨਵਾਦ, ਸਤਿ ਸ੍ਰੀ ਅਕਾਲ। ਸੋ ਦੋਸਤੋ ਇਹ ਪਬਲਿਕ ਰਿਵਿਊ ਸੀ ਜਿਹੜੇ ਬਾਈਆਂ ਨੇ ਉਹਨਾਂ ਨੂੰ ਲਏ ਗਏ ਆ। ਤੁਸੀਂ ਵੀ ਕੰਗ ਗੋਡ ਫਾਰਮ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਨੰਬਰ ਥੱਲੇ ਸਕਰੀਨ ਤੇ ਚੱਲ ਰਿਹਾ, ਤੁਸੀਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਜਾਂ ਟ੍ਰੇਨਿੰਗ ਦੇ ਅਗਲੇ ਬੈਚ ਦੀ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।